ਦਾੜੀਆਂ ਵੀ ਰੱਖੀਆਂ ਹੋਈਆਂ ਨੇ ਇਹਨਾਂ ਨੇ ਉਹ ਦਾੜੀ ਵਾਲਾ ਉਹ ਜੋ ਪੋਲ ਕਿੱਥੇ ਨੇ ਭੇਜੋ ਸਾਹਿਬ ਸਰ ਆਣਾ ਜਰਾ ਇਹ ਪਹਿਲੇ ਮਸਰੂਫ ਨੇ ਜੀ ਮਿਹਰਬਾਨੀ ਆਜੋ ਸਰ ਆਜੋ ਕਬਰਸਤਾਨ ਆਇਓ ਯਾਰ ਏਡੀ ਪੱਕੀ ਪੈਂਟ ਪਾਈ ਮੁੜ ਕੇ ਜ਼ਿੰਦਗੀ ਚ ਕੱਪੜਾ ਨਹੀਂ ਲੈਣਾ ਇਹ ਏਡਾ ਮਨਹੂਸ ਕੱਪੜਾ ਜਿਹਨੇ ਵੀ ਪਾਈ ਹੋਵੇ ਟਕਾ ਕੀ ਸੱਚ ਨਹੀਂ ਹੁੰਦਾ ਕੰਡਕਟਰ ਟਿਕਟ ਮੰਗ ਲੈਣਾ ਤੇ ਅੱਧਾ ਘੰਟਾ ਮਾਤਮ ਕਰਦੇ ਰਹਿੰਦੇ ਪੈਸੇ ਕਹਾਂ ਗਏ ਵੀ ਹੈ ਹੀ ਨਹੀਂ ਸਾਰੇ ਕਿਤੇ ਕੋਈ ਬੰਦਾ ਸ਼ੈਤਾਨ ਦੀ ਬੋਤਲ ਪੀਣ ਦੇ ਹੋਵੇ ਇਹੋ ਜਿਹੇ ਕੋਲੋਂ ਮਾਰ ਖਾ ਲੈਂਦੇ ਆਹੀ ਜਿੰਨੀ ਮਰਜ਼ੀ ਸ਼ੈਤਾਨ ਦੀ ਬੋਤਲ ਵੀ ਆਮ ਦਮ ਵੀ ਹੁੰਦਾ ਤੇ ਕੋਈ ਜਲੇਬੀਆਂ ਖਾਣ ਡਿਆ ਕੋਲ ਫਿਰੀ ਜਾਏਗਾ ਇਹੋ ਜਿਹੇ ਕੋਲੋਂ ਕਹਿੰਦੇ ਯਾਰ ਜਾ ਜੇ ਗੱਲ ਮੁੱਕੀ ਹੈ ਜਲੇਬੀਆਂ ਖਾਣ ਡਏ ਖਾਓ ਖਾਓ ਤੁਸੀਂ ਖਰੀਦੀਆਂ ਨੇ ਖਾਣੀਆਂ ਨੇ ਤੁਸੀਂ ਇਹੋ ਜਿਹੇ ਕੋਲੋਂ ਕਹਿਣੇ ਨੇ ਮਿੱਠੀਆਂ ਨੇ ਜਲੇਬੀਆਂ ਮਿੱਠੀਆਂ ਹੁੰਦੀਆਂ ਔਰ ਉਹ ਚ ਮੇਥੀ ਪਾਈ ਹੁੰਦੀ ਇਸ ਘਰ ਚ ਕੋਈ ਸਾਇਆ ਹੈ ਕਿਉਂ ਇਹ ਭੂਤਨੀ ਦਾ ਬੱਚਾ ਆਇਆ ਅੱਛਾ ਇਹੋ ਜਿਹੇ ਲਾਰੀ ਅੱਧੇ ਲੈਟਰੀ ਨਾਲ ਇਹਨਾਂ ਲੜਨ ਦੇ ਹੁੰਦੇ ਨੇ ਭਾਜੀ ਮੇਰੇ ਖਿਲਾਫ਼ ਗੰਦੀਆਂ ਗੱਲਾਂ ਕਿਹਨੇ ਲਿਖੀਆਂ ਨੇ ਉਹ ਹੋਰ ਵੀ ਕੋਈ ਆਇਆ ਭਾਈ ਆ ਕੇ ਖਲੋ ਗਿਆ ਜੀ ਓਏ ਬੰਦਾ ਬੱਚੇ ਨੂੰ ਆਪਣਾ ਕੰਮ ਕਰ ਤੂੰ ਕਿਉਂ ਪੜਦਾ ਰਹਿਣਾ ਆਬ ਆਇਆ ਹੈ ਆਉਤਰੀਸ ਦਾ ਬੱਚਾ ਇਹ ਤੁਹਾਡੇ ਤੁਹਾਡੇ ਰੰਗ ਦੋਵਾਂ ਦੇ ਇੱਕੋ ਜਿਹੇ ਨੇ ਜੱਫੀ ਪਾਓ ਸ਼ਾਇਦ ਚਿੰਗਾੜੇ ਨਿਕਲਣ ਅਸੀਂ ਪਾ ਲੈਣੇ ਜੱਫੀ ਤੂੰ ਚਾਹ ਗਰਮ ਕਰਨੀ ਚਾਹ ਨਹੀਂ ਪਿਸ਼ੌਰੀ ਕਾਹਵਾ ਕਰਨਾ ਇੱਕ ਗੱਲ ਦੱਸ ਮੁਸਲਮਾਨਾਂ 'ਚ ਫਿਰ ਕੇ ਕੀ ਮਹਿਸੂਸ ਕੀਤਾ ਮਹਿਸੂਸ
ਤੂੰ ਵੀ ਮੁਸਲਮਾਨ ਹੈ? ਮੈਂ ਵੀ ਮੁਸਲਮਾਨ ਆ, ਨਹੀਂ ਤੂੰ ਬਾਅਦ ਚ ਨਿਕਾਹ ਕਰਾ ਕੇ ਵੇਖ ਲੈ। ਤੂੰ ਗੱਲ ਕਰ, ਮੈਂ ਤੇ ਡਰਾਈਵਰ ਹਾਂ, ਨੌਕਰ ਦਾ ਬਹੁਤਾ ਹੱਕ ਹੁੰਦਾ ਜੀ। ਤੁਹਾਡੇ ਦੋਵਾਂ ਦੇ ਬਾਰੇ ਚ ਤਾਂ ਅਰਸ਼ਾਦ ਫਰਮਾਇਆ ਗਿਆ, ਇਮਾਨ ਵਾਲੋ ਇਨਕੀ ਬਿਸਤੀ ਕਰੋ, ਤੁਹਾਡੇ ਰਿਜ਼ਕ ਮੇਂ ਇਜ਼ਾਫਾ ਹੋਗਾ। ਅਲਹਮਦੁਲਿਲਾ ਕਰੋ ਤੇ ਵੱਧ ਰੋਟੀਆਂ ਖਾਓ। ਇਹਦਾ ਸਿਰ ਵੇਖ ਲਓ, ਲੱਗਦਾ ਤੂੜੀ ਚ ਬੰਬ ਚੱਲਿਆ। ਤੂੜੀ ਚ ਬੰਬ ਨੀ ਚੱਲਿਆ, ਤੇਰੇ ਘਰ ਦੇ ਆਏ ਸਨ ਸ਼ਬਰਾਤ ਮਨਾ ਗਏ। ਉਹ ਤੇ ਇੱਥੇ ਮਨਾ ਗਏ ਅੱਬਾ, ਮੇਰਾ ਹੱਥ ਵਾਲੇ ਪਟਾਕੇ ਸੁਣਿਆ ਤੁਹਾਡੇ ਘਰ ਸੁੱਟਦਾ ਰਿਹਾ ਠਾ। ਜ਼ਾਹਿਰ ਬਦਤਮੀਜ਼ ਮਾਮਾ ਸਾਡਾ, ਕਹਿੰਦਾ ਬਦਤਮੀਜ਼ ਮਾਮਾ, ਤੈਨੂੰ ਮਾਮਾ ਦੱਸਿਆ ਭਾਈ, ਤੂੰ ਰੌਲਾ ਜੂ ਪਾ ਦਿੰਦਾ। ਸਾਰਾ ਢੋਲ ਕੀ ਕਾਹਦੇ ਲਈ ਹਸਾਈਏ ਭੈਣ ਦਾ? ਫਿਰ ਨਿਕਾਹ ਹੋਣ ਲੱਗਾ, ਇਹਦਾ ਮੂੰਹ ਵੇਖ ਲਓ, ਠੰਡੇ ਪਾਣੀ ਚ ਛਿੱਤਰ ਵੱਜੇ ਹੁੰਦੇ। ਅੱਛਾ ਇਹ ਸ਼ਕਲ ਵੇਖੋ, ਇੰਨੀ ਨੁੱਕਰ ਵਾਲੀ ਹੈ। ਮੈਂ ਸ਼ੈਤਾਨ ਨੂੰ ਪੁੱਛਿਆ ਜੀ ਇਹ ਕੀ ਵਜ੍ਹਾ? ਸ਼ੈਤਾਨ ਨੇ ਕਿਹਾ ਹਾਜੀ ਅੱਲਾ ਦੇ ਨੇਕ ਬੰਦੇ, ਉਹਨਾਂ ਦਾ ਤੇ ਬਣਦਾ, ਮੇਰੀ ਔਲਾਦ ਤੇ ਨਾ ਮੈਨੂੰ ਮਾਰੇ। ਮੇਰੇ ਇਹਦੇ ਅੱਗੇ ਨੇ ਵੀ ਮਾਰਤਾ, ਇਹਦੇ ਅੱਗੇ ਨੇ, ਆਹੋ ਅੱਛਾ ਸ਼ੁਕਰ, ਇਹਦੇ ਅੱਗੇ ਨੇ ਸ਼ੈਤਾਨ ਨੂੰ ਕੰਕਰ ਮਾਰੀ, ਸ਼ੈਤਾਨ ਨੇ ਬੋਤਲ ਮੰਗਾਰੀ, ਤੂੰ ਤੇ ਮੇਰਾ ਸਾਲਾ ਯਾਰ, ਆਰਾਮ ਨਾਲ ਬਜਾ। ਬੰਦਾ ਪੁੱਛੇ ਪਿੱਛੇ ਤੂੰ ਬਰਫੀ ਲਾਈ ਵੀ ਸਾਹਮਣੇ ਨਾਲੀ ਤੇ ਬੈਠਾ ਸੀ। ਅੱਛਾ ਇਹ ਵੀ ਗਾਣ ਡਿਆ ਸੀ, ਮਾਹੀ ਆਵੇਗਾ, ਮਾਹੀ ਆਵੇਗਾ, ਮੈਂ ਫੁੱਲਾਂ ਨਾਲ ਧਰਤੀ ਸਜਾ। ਇਹ ਕਿਹੜੀ ਧਰਤੀ ਹੈ ਵੀ ਫੁੱਲ ਕਿਹੜੇ ਨੇ? ਇਹ ਫੁੱਲ ਨਾ ਆਉਣ ਤਾਂ ਫਸਲਾਂ ਨਹੀਂ ਉੱਗ ਸਕਦੀਆਂ। ਇਸੇ ਲਈ ਤੁਸੀਂ ਇਹੋ ਜਿਹਾ ਮੂੰਹ ਕਦੋਂ ਬਣਦਾ ਪਹਿਲਾਂ? ਜਦੋਂ ਮੁੰਡੇ ਉਤਲਾ ਬਟਨ ਨਹੀਂ ਨਾ ਬਣਦਾ, ਇਹੋ ਜਿਹਾ ਪਤਲਾ ਮੂੰਹ ਬਣਦਾ, ਇਹੋ ਜਿਹਾ ਉਦੋਂ ਬਣਦਾ ਜਦੋਂ ਕੋਈ ਰੋਟੀ ਖਾਣ ਲਿਆ ਹੋਵੇ, ਭਿੰਡੀਆਂ ਪੱਕੀਆਂ ਨੇ, ਕਸਾਈ ਦੀ ਹੱਟੀ ਦੇ, ਇਹੋ ਜਿਹਾ ਇਹੋ ਜਿਹਾ ਮੂੰਹ ਤੋਂ ਬਣਦਾ ਜਦੋਂ ਮੁੰਡੇ ਅਖਰੋਟ ਖੇਡਦੇ ਨੇ। ਇਹੋ ਜਿਹਾ ਮੂੰਹ ਉਦੋਂ ਬਣਦਾ ਜਿਹੜੀ ਨਿਕਾਹ ਹੋਣ ਲੱਗਦਾ, ਇਹੋ ਜਿਹਾ ਮੂੰਹ ਉਦੋਂ ਬਣਦਾ ਜਦੋਂ ਭੈਣ ਆ ਕੇ ਕਹਿੰਦੀ ਵੀਰਾ ਮੈਨੂੰ ਫੇਰ ਤਲਾਕ ਹੋ ਗਈ। ਹੈਂ ਇਹ ਤੇ ਤੂੰ ਗੁੱਸਾ ਕਰ ਗਿਆ ਨਾ ਹੁਣ, ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ ਨੂੰ ਬੰਦਾ ਕਿਉਂ ਕਵੇ? ਹਾਂ ਇਹੋ ਜਿਹਾ ਮੂੰਹ ਉਦੋਂ ਬਣਦਾ, ਮੂੰਹ ਉਦੋਂ ਬਣਦਾ ਜਦੋਂ ਨਾ ਕਹਿੰਦੇ ਆ ਯਾਰ ਉਹਦੇ ਨਾਲ ਗੱਲ ਕਰ, ਗੱਲ ਉਹਦੀ ਹੁੰਦੀ ਆ, ਮੈਨੂੰ ਭੈਣ ਦਾ ਰਿਸ਼ਤਾ ਜ਼ਰੂਰ ਦੇਵੇ, ਆਪਸ ਚ ਕਰੋ, ਆਪਸ ਚ ਕੀ ਭੈਣਾਂ ਦੇ ਰਿਸ਼ਤੇ ਕੀਤੇ ਨੇ? ਤੁਸੀਂ ਇਹ ਵੇਖੋ ਮੈਂ ਕੁੱਤੇ ਪਕਾਏ ਕੈਸੇ ਨੇ, ਓਏ ਰਸ਼ੀਅਨ ਕੁੱਤੀ, ਕੁੱਤੇ ਤੋਂ ਯਾਦ ਆਇਆ ਤੇਰੇ ਅੱਬਾ ਜੀ ਕੈਸੇ ਨੇ? ਪਤਾ ਨੀ ਕੱਲ ਤੇਰੀ ਵਾਲਦਾ ਦੇ ਪਿੱਛੇ ਦੌੜਾ ਜਾਂਦਾ ਸੀ ਸਾਈਕਲ। ਓਏ ਨੀ ਉਹ ਭੈਣ ਭਰਾਵਾਂ ਦਾ ਮਾਮਲਾ ਯਾਰ, ਤੈਨੂੰ ਕਿਸੇ ਨੇ ਗਲਤ ਦੱਸਿਆ? ਕੁੱਤਿਆਂ 'ਚ ਭੈਣ ਭਰਾ ਨਹੀਂ ਹੁੰਦੇ। ਗੱਲ ਉਹਨੇ ਕੀਤੀ ਆ, ਖੁਸ਼ੀਆਂ ਉਹਨੂੰ ਚੜੀਆਂ, ਮੈਂ ਉਸ ਗੱਲ ਤੋਂ ਖੁਸ਼ ਹੋ ਰਿਹਾ ਜਿਹੜੀ ਅੱਗੋਂ ਤੈਨੂੰ ਹੋਣੀ ਹੈ। ਕੋਈ ਕਮੇਟੀ ਕੱਢਣ ਦੇ ਆਵੇ, ਹੋਏ ਵੀ ਮੈਂ ਕਮੇਟੀ ਪਾਉਣ ਜਾਂਦੀ ਹਾਂ, ਕਮੇਟੀ ਖੁਲਾ ਕੇ ਆ ਜਾਂਦੀ। ਚੱਲ ਇਹ ਤੂੰ ਡਾਂਸ ਕਰਦਾ ਜਾਂ ਪਿੰਡ ਚ ਕੋਈ ਸ਼ਹਿਰ ਰਹਿ ਜਾਂਦੀ ਆ? ਤੈਨੂੰ ਚਾਹੀਦੀ ਹੈ, ਤੇਰੇ ਕੋਲ ਹੁੰਦੀ ਤਾਂ ਤੁਹਾਡੇ ਘਰ ਦੇ ਸਾਡਾ ਬੂਹਾ ਖੜਕਾਉਂਦੇ। ਓਏ ਮੈਂ ਤੁਹਾਡੇ ਘਰ ਗਿਆ ਸਾਂ, ਅੱਬਾ ਜੀ ਨੇ ਬੜੀ ਤਾਰੀਫ ਕੀਤੀ ਸੀ, 200 ਵੱਧ ਦੇ ਕੇ ਆਇਆ ਸਾਂ। ਐ ਮੈਂ ਕਿਹਾ ਅੱਛਾ ਹਵੇ ਮੁੰਡੇ ਕਿਸਾਈ ਦੀ ਹੱਟੀ ਦੇ ਖੋਤਰੇ ਨੇ ਲੈਣਾ ਲੈਣਾ ਕੱਖ ਵੀ ਨਹੀਂ ਹੁੰਦਾ, ਸਾਈ ਗੋਸ਼ਟਲੇ ਨੇ ਨਹੀਂ ਦੇਖਦੇ ਉਹਨੂੰ ਖੋਤੇ, ਗਾਹਕਾਂ ਨੂੰ ਬੈਠਣੇ ਤੇ ਕੀਮਾ ਲੈਣਾ, ਕੀਮਾ ਦੇ ਬਈ ਉਹ ਥੱਲੇ ਉੱਤਰ ਆਉਂਦਾ ਵੀ ਦੇਣਾ ਉਹਨੇ ਲੈਣਾ ਉਹਨੇ, ਤੂੰ ਮਾਮਾ ਲੱਗਣਾ ਇਹਨੇ ਚ ਪਤਾ ਲੱਗਣਾ ਇਹਨੇ ਕਿਸਾਈ ਦੇ ਫੱਟੇ ਥੱਲੇ ਬੱਚੇ ਦਿੱਤੇ ਨੇ, ਕੀ ਫਿਰ ਲੰਘਦਾ? ਅੱਬਾ ਜੀ ਘਰ ਨੀ ਆਉਣਾ,
ਬੜਾ ਮੇਰਾ ਕੁੱਤੇ ਵੇਖੇ ਨੇ ਦਮੇ ਵਾਲਾ ਪਹਿਲੀ ਵਾਰੀ ਵੇਖਿਆ ਅੱਛਾ ਅਗਲਾ ਤੂੰ ਆਪਣੇ ਆਪੂ ਨੂੰ ਨਹੀਂ ਵੇਖਿਆ ਗੌਰ ਨਾਲ ਇਸੇ ਬਹਾਨੇ ਤੁਹਾਡੀ ਨਸਲ ਦਾ ਪਤਾ ਲੱਗ ਗਿਆ ਆਪਣਾ ਗੱਲ ਸੁਣ ਕੋਠੀ ਵਾਲਿਆਂ ਦੇ ਜਿਹੜਾ ਭੌਂ ਭੂ ਕੇ ਅੰਦਰ ਵੜ ਜਾਣ ਇਹੋ ਜਿਹੇ ਮਦਾਰੀ ਵਾਲੇ ਹੁੰਦੇ ਆਪਣੀ ਪੁੱਛ ਲਾ ਵੀ ਲੱਭਦੇ ਹੋ ਯਾਰ ਕੁਛ ਕਿਹਾ ਉਹ ਤੈਨੂੰ ਔਤਰੀ ਮਾਂ ਦਾ ਕਹਿਣ ਦੇ ਉਹਦੇ ਨਾਲ ਲੱਗ ਉਹ ਮੇਰੀ ਵੀ ਗੱਲ ਸੁਣ ਲਾ ਸ਼ਰਾਬ ਪੀ ਕੇ ਮੱਝ ਦੀਆਂ ਚੁੰਬੀਆਂ ਲੈਣ ਵਾਲਿਆ ਤੁਹਾਡੀਆਂ ਮੱਝਾਂ ਦੱਸ ਦਿੰਦੀਆਂ ਨੇ ਹੋਰ ਅੱਛਾ ਪਰਲੇ ਨੇ ਪੈਟਰੋਲ ਪੰਪ ਤੋਂ ਮਾਰ ਖਾ ਲਈ ਹਾਂ ਹਾਂ ਜਿਹਨੇ ਥੱਬੂ ਨਹੀਂ ਫੜਿਆ ਹੁੰਦਾ ਉਹਨੂੰ ਕਹਿੰਦੇ ਸਾਰਿਆਂ ਦੇ 60 ਰੁਪਏ ਲੈਣੇ ਨੇ ਇਹ ਕੀ ਇਸ਼ਤਿਹਾਰ ਲੱਗਾ ਮੈਂ ਇਨਸਾਨ ਹੋਣ ਦਾ ਦਾਵਾ ਇਹੋ ਜਿਹਾ ਮੂੰਹ ਤੋਂ ਬੰਦੇ ਨੇ ਦਰਜੀ ਕੱਪੜਾ ਕੱਟਦਾ ਇਹੋ ਜਿਹਾ ਇਹੋ ਜਿਹਾ ਮੂੰਹ ਉਦੋਂ ਮੈਨੂੰ ਕਿਹਾ ਕੁਛ ਤੂੰ ਰੱਖੀ ਵਾਲਾ ਕਵੇ ਮੈਂ ਸਟੇਸ਼ਨ ਤੇ ਨੀ ਜਾਣਾ ਕਿਉਂ ਦੇ ਜਵਾਬ ਕਿਸੇ ਨਾ ਮਾਂ ਤੇ ਗਿਆ ਜੇ ਬੰਦਾ ਜਾਂ ਮਾਂ ਤੇ ਜਾਂਦਾ ਜਾਂ ਪਿਓ ਤੇ ਨਹੀਂ ਨਹੀਂ ਟਾਂਗੇ ਤੇ ਵੀ ਜਾਂਦਾ ਕੀ ਕਰਨਾ ਬੰਦੇ ਦੀ ਸ਼ਕਲ ਜਾਂ ਮਾਂ ਤੇ ਹੁੰਦੀ ਜਾਂ ਆਪਣੇ ਪਿਓ ਤੇ ਤੁਹਾਡੀ ਦੋਵਾਂ ਦੀਆਂ ਸ਼ਕਲਾਂ ਸਵਾਰੀਆਂ ਵਰਗੀਆਂ ਕਿਉਂ ਨੇ ਵਾਲ ਸਾਹਿਬ ਕੋਚਵਾਨ ਸਨ ਤੈਨੂੰ ਕੋਚਵਾਨ ਦੱਸਿਆ ਮੁਹੱਲੇ ਦੇ ਚੰਦ ਜਵਾਨ ਸਨ ਇਹੋ ਜਿਹੇ ਬੰਦੇ ਜਵਾਨ ਜਵਾਨ ਮੁੰਡਿਆਂ ਕੋਲ ਮੋਟਰਸਾਈਕਲ ਤੇ ਲਿਫਟ ਲੈਂਦੇ ਨੇ ਥੋੜੀ ਦੂਰ ਜਾ ਕੇ ਕਹਿੰਦੇ ਹੁਣ ਮੈਂ ਚਲਾਵਾਂ ਬਿਮਾਰੀ ਨੀ ਦੱਸਦੇ ਅੱਧਾ ਘੰਟਾ ਰੋ ਰੋ ਕੇ ਨਹੀਂ ਆਰਾਮ ਨਾਲ ਹਕੀਮ ਕੋਲ ਆਰਾਮ ਨਾਲ ਹਕੀਮ ਕੋਲ ਮੈਂ ਭੈਣ ਕੋਲ ਗਿਆ ਨਰਸ ਉਹ ਏਡੀ ਜਾਹਲ ਉਹਨੇ ਮੇਰੇ ਟੀਕੇ ਤੇ ਟੀਕਾ ਲਾ ਦਿੱਤਾ ਜਿਹੜਾ ਬਚਪਨ ਚ ਮੈਂ ਮੀਰੀ ਵਾਲਾ ਟੀਕਾ ਨੀ ਸੀ ਲਵਾਇਆ ਉਹਦੇ ਉੱਤੇ ਹੀ ਅੱਛਾ ਇਹੋ ਜਿਹਾ ਮੂੰਹ ਉਦੋਂ ਬੰਦਾ ਜਦੋਂ ਬੱਚੇ ਨੂੰ ਟੀਕਾ ਲੱਗੇ ਇਹੋ ਜਿਹਾ ਮੂੰਹ ਉਦੋਂ ਬੰਦਾ ਅਚਾਨਕ ਲੱਖ ਚ ਰੋੜਾ ਵਜੇ ਠਾ ਨੀ ਬਣ ਸਕਦਾ ਇਹੋ ਜਿਹੇ ਲਾਰੀ ਏਡੇ ਨੇ ਸਲਮ ਸੱਚਾ ਕਹਿੰਦਾ ਉਹ ਮੌਤ ਮੇਰੇ ਉਹਨੇ ਤੂੰ ਵਿੱਚ ਨੀ ਖਲੋਤਾ ਮੈਂ ਤੂੰ ਵਿੱਚ ਹੋ ਜਾ ਤੂੰ ਵੀ ਬਿਸਤੀ ਕਰਾ ਯਾਰ ਪੈਸੇ ਨੀ ਲੈਣਾ ਤੁਸੀਂ ਤਾਂ ਸਹੀ ਲੈਂਦੇ ਹੋ ਅਸੀਂ ਚਾਹ ਦੇ ਕੱਪ ਤੇ ਤੋਰੇ ਫਿਰਨੇ ਐਵੇਂ ਸ਼ੁਕਰਾਨਾ ਹੋ ਇਹੋ ਜਿਹੇ ਸਲਾਦੇ ਮਾਵਾਂ ਕਦੀ ਕਦੀ ਜੰਮਦੀਆਂ ਇਹੋ ਜਿਹੀ ਚਵਲ ਹਰ ਘੰਟੇ ਬਾਅਦ ਵੱਜਦੀ ਆ ਜਿੱਧਰ ਮਰਜ਼ੀ ਚੱਲ ਜਾ ਲੋਕਾਂ ਦੇ ਦਿਸਣ ਡਿਆ ਨਾ ਬਲਕਿ ਤੁਸੀਂ ਦੋਵੇਂ ਹੱਸਦੇ ਰਿਹਾ ਕਰੋ ਲੋਕਾਂ ਨੂੰ ਪਤਾ ਲੱਗੇ ਕੋਈ ਬੰਦੇ ਖਲੋਤੇ ਨੇ ਅੱਛਾ ਲੈਟਰੀਨ ਵਾਲੇ ਕੋਲ ਜਾਂਦੇ ਸਟੇਸ਼ਨ ਇਹ ਅੰਦਰੋਂ ਆਉਂਦਾ ਕਹਿੰਦਾ ਪੈਸੇ ਇਹ ਕਹਿੰਦਾ ਕਾਹਦੇ ਮੈਂ ਵੀ ਸਟਾਫ ਆ ਜੇ ਗੁਜਰਾਲੇ ਚਲੇ ਜਾਏ ਗੁਜਰਾਲੇ ਚਲੇ ਜਾਏ ਤੇ ਉੱਥੇ ਪੈਸੇ ਕਾਹਦੇ ਸਾਨੂੰ ਡੱਕਣਾ ਵੀ ਆਉਂਦਾ ਇਹ ਵੀ ਬੱਸ ਚ ਬੈਠਾ ਸੀ ਕੰਡਕਟਰ ਨੇ ਕਿਹਾ ਭਾਈ ਕਿਰਾਇਆ ਕੱਟ ਕਹਿੰਦਾ ਕਾਹਦਾ ਕਿਰਾਇਆ ਕੋਲੋਂ ਤੁਹਾਡੇ ਗੇਅਰ ਨੀ ਲਾਉਂਦਾ ਰਿਹਾ ਕੰਮ ਕੀਤਾ ਨਾਲ ਕਿਹੜਾ ਕੰਮ ਕੀਤਾ ਪਈਵਾਂ ਬਹੁਤਾ ਲਾਉਂਦਾ ਰਿਹਾ ਐਨਕ ਲਾਣਾ ਪੁਰਾਣੀਆਂ ਸਲੇਟਾਂ ਮੁਰੰਮਤ ਕਰਕੇ ਨਵੀਆਂ ਕਰਕੇ ਵੇਚ ਲੈਣਾ ਕੰਮ ਤੂੰ ਸਾਰੇ ਕਰਦਾ ਸ਼ਕਲ ਤੇਰੀ ਇਨਸਾਨਾਂ ਵਾਲੀ ਹੈ ਜੀ ਇਹ ਇਨਕਮ ਟੈਕਸ ਤੋਂ ਬਚਣ ਲਈ ਕੀਤਾ ਹੈ ਜੀ
ਪੈਂਚਰ ਵੀ ਲਾ ਲੈਂਦੇ ਹੋ? ਪੱਕਾ ਪੈਂਚਰ ਦਾ ਕੀ ਹਿਸਾਬ ਕਿਤਾਬ? ਇਹ ਫੁੱਟਬਾਲ ਦਾ ਨੀ ਲੱਗਦਾ ਸਾਡੇ ਕੋਲ, ਇਹਦੀਆਂ ਮੁੱਛਾਂ ਦੇਖੋ ਲੱਗਦਾ ਕੋਚਮਾਨ ਨੇ ਛਾਂਟਾ ਮਾਰਿਆ। ਇੱਕਦਮ ਮੈਨੂੰ ਮੇਰੇ ਤੇ ਗਰਮੀ ਚੜ੍ਹਦੀ ਹੈ, ਇੱਕਦਮ ਕੁਛ ਵੀ ਨੀ ਮੈਂ ਇਹਨੂੰ ਕਹਿੰਦਾ। ਓ ਤਰੀਸ ਕੇ ਬੱਚੇ, ਓਤਰੀ ਕਾ ਬੱਚਾ, ਖਾਤਾ ਥਾ ਖਿਚੜੀ, ਪੀਤਾ ਥਾ ਸ਼ੋਰਾ। ਲੋਕੀ ਕੱਪੜਿਆਂ ਦੀ ਮੈਚਿੰਗ ਕਰਦੇ, ਉਹਨੇ ਮੂੰਹ ਦੀ ਜੁੱਤੀ ਨਾਲ ਕੀਤੀ। ਦਿਸ ਇਜ਼ ਦ ਮੈਨ। ਇਹ ਹਜੇ ਵਿਆਹ ਤੇ ਜਾਣੋ ਨਹੀਂ ਹੋਣਾ ਤੇ ਸੱਦਿਆ ਤੇ ਉਹਨਾਂ ਨੇ ਕਿਸੇ ਨੇ ਤੰਬੂਆਂ ਦੇ ਥੱਲੇ ਹੱਡੀਆਂ ਖਿੱਚਣ ਦੇ। ਇਹ ਫਿਰ ਕਹਿੰਦਾ ਭਾਈ ਇਹ ਵਿਆਹ ਅਸੀਂ ਮੱਲਿਆ। ਪੁੱਤਰ ਦੀ ਖੈਰ ਹੋ ਗਏ, ਨਾਲ ਹੀ ਮਰਾਸੀ ਹੋ ਗਏ ਵੇਖ ਲੈ। ਦੁੱਧ ਅਸੀਂ ਮਰਾਸੀ ਨਹੀਂ ਹੁੰਦੇ, ਮੈਂ ਤਾਂ ਮਰਾਸੀ ਸਮਝੇ ਚੁਦਰਾਸੀ। ਅੱਜ ਜਿੰਨੇ ਬੰਦੇ ਬਹੁਤੇ ਆਣੇ ਉਨਾ ਹੀ ਉਹਦਾ ਵਧਣਾ। ਨਹੀਂ ਨਹੀਂ ਨਹੀਂ, ਔਤਰੀ ਮਾਂ ਕਾ ਬੱਚਾ। ਦੁੱਧ ਪਾਣੀ, ਦੁੱਧ ਪਾਣੀ ਵੀ ਪਾਈਦਾ, ਕਰੀਮ ਵੀ ਕੱਢੀ ਦੀ ਹੈ, ਹਰ ਚੀਜ਼ ਵਿੱਚ ਕੱਢ ਲਈ ਦੀ ਹੈ। ਅੱਛਾ, ਇਹ ਤੇ ਅੱਲਾ ਦਾ ਨੂਰ ਹੈ, ਇਹਨੂੰ ਸ਼ਰਮੋ ਕੀ ਸ਼ਰਮ ਚਿੱਟਿਆਂ ਰਹਿਣਾ ਪੈਂਦਾ। ਗੱਲ ਸਹੀ ਕਰਨ ਡਿਆ। ਇਹ ਦੁੱਧ ਦਾ ਫਾਇਦਾ ਕੀ ਆ? ਚਿੱਟਾ ਹੋ ਜਾਂਦਾ ਰੰਗ, ਮਹਿੰਦਾ ਠੀਕ ਹੋ ਜਾਂਦਾ। ਲੈ ਇਹਦੇ ਨਾਲ ਚਿੱਟਾ ਹੋਣਾ ਹੁੰਦਾ ਤੇ ਕੱਟਾ ਕਿਉਂ ਕਾਲਾ ਰਹਿ ਜਾਂਦਾ? ਉਹ ਚਿੱਟਾ ਇਸ ਕਰਕੇ ਕਾਲਾ ਰਹਿ ਜਾਂਦਾ, ਉਹ ਬਦਤਮੀਜ਼ੀ ਨਾਲ ਪੀਂਦਾ। ਅੱਲਾ ਜਿਹੜੀਆਂ ਅਮਰੀਕਾ ਚ ਬਿਲਡਿੰਗਾਂ ਚ ਜਹਾਜ਼ ਵੱਜਾ ਹੈ, ਅਗਰ ਪਾਕਿਸਤਾਨ ਚ ਬਿਲਡਿੰਗ ਹੁੰਦੀ ਇੱਥੇ ਜਹਾਜ਼।